फसल विशेष 200 का स्वागत है। मैं सुरेंद्रपाल सिंह तालुकपुरा फतेह अर्ज करदा हां। वाहिगुरु जी का खालसा, वाहिगुरु जी की फतेह। अज साडे नाल मौजूद ने बहुत ही वधिया साडे स्रोते भी ने ते नाल ट्रेनर भी ने जिन्हां ने लंबे समय तो पंचायतों नूं ट्रेनिंगां जिहड़ियां उह दित्तियां ने कि पंचायतां अपना काम किस तरह करदियां आ, पंचायतों के किहड़े किहड़े काम हुंदे आ। सो मैं पहला अपने दर्शकों के नाल जिहड़े साडे अज स्रोत माहिर पहुँचे ने मैं उन्हां बारे जानकारी देना चाहूँगा। मेरे नाल बैठे ने मैडम मनदीप कौर जी, ਤੁਹਾਡਾ ਸਵਾਗਤ ਹੈ ਜੀ। ਅੱਗੇ ਨਾਲ ਮੇਰੇ ਕੋਲ ਬੈਠੇ ਨੇ ਮੈਡਮ ਦਵਿੰਦਰਜੀਤ ਕੌਰ ਜੀ, ਤੁਹਾਡਾ ਅਕਾਲ ਖਾਲਸਾ ਨਿਊਜ਼ ਦੇ ਵਿੱਚ ਸਵਾਗਤ ਹੈ ਜੀ। ਜਿੱਥੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਪੰਚਾਇਤਾਂ ਦੇ ਸੰਬੰਧ ਦੇ ਵਿੱਚ, ਸੋ ਇਸ ਗੱਲ ਨੂੰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਜਿਹੜੀਆਂ ਪੰਚਾਇਤਾਂ ਕਿਸ ਤਰ੍ਹਾਂ ਹੋਂਦ ਦੇ ਵਿੱਚ ਆਈਆਂ, ਕਿਸ ਤਰ੍ਹਾਂ ਪੰਚਾਇਤਾਂ ਬਣੀਆਂ ਅਤੇ ਪੰਚਾਇਤਾਂ ਦੇ ਕਿਹੜੇ ਕਿਹੜੇ ਕੰਮ ਹੁੰਦੇ ਆ, ਸੋ ਇਸ ਗੱਲ ਨੂੰ ਲੈ ਕੇ ਅੱਜ ਜਿੱਥੇ ਸਾਡੇ ਕੋਲ ਇਹ ਪੰਚਾਇਤਾਂ ਦੇ ਸਰੋਤ ਮਾਹਰ ਸਾਡੇ ਕੋਲ ਨੇ, ਉੱਥੇ ਹੀ ਪੰਜਾਬ ਦੀ ਜਿਹੜੀ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਹੈ, ਉਹਨਾਂ ਦੇ ਮੰਤਰੀ ਜਿਹੜੇ ਪੰਚਾਇਤ ਮੰਤਰੀ ਨੇ ਉਹ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ, ਉਹਨਾਂ ਵੱਲੋਂ ਵੀ 26 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਪੰਚਾਇਤਾਂ ਨੂੰ ਲੈ ਕੇ ਆਪਣੇ ਕੰਮ ਨੂੰ ਅੱਗੇ ਸ਼ੁਰੂ ਕੀਤਾ ਜਾ ਰਿਹਾ। ਸੋ ਮੈਡਮ ਮਨਦੀਪ ਜੀ, ਮੈਂ ਇੱਥੇ ਆਪ ਜੀ ਤੋਂ ਇਹ ਗੱਲ ਪੁੱਛਣਾ ਚਾਹੁੰਦਾ ਹਾਂ ਅਤੇ ਪੂਰੇ ਪੰਜਾਬ ਦਿਆਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀਆਂ ਪੰਚਾਇਤਾਂ ਆ, ਸਭ ਤੋਂ ਪਹਿਲਾਂ ਇਹ ਦੱਸੋ ਕਿ ਪੰਚਾਇਤਾਂ ਜਿਹੜੀਆਂ ਹੋਣ ਦੇ ਵਿੱਚ ਕਿਸ ਤਰ੍ਹਾਂ। ਧੰਨਵਾਦ ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਪੰਚਾਇਤਾਂ ਜਿਹੜੀਆਂ ਹੁੰਦੀਆਂ ਵਾ ਆਮ ਲੋਕਾਂ ਦੀ, ਸਾਡੇ ਤੋਂ ਸਭ ਤੋਂ ਸੰਵਿਧਾਨ ਦੀ ਸਭ ਤੋਂ ਹੇਠਲੀ ਪੌੜੀ ਮੰਨੀ ਜਾਂਦੀ ਆ। ਅਤੇ ਪਿੰਡਾਂ ਦੀਆਂ ਪੰਚਾਇਤਾਂ, ਕਿਉਂਕਿ ਸਾਡੇ ਜ਼ਿਆਦਾਤਰ ਆਬਾਦੀ ਜਿਹੜੀ ਆ 2/3 ਲੋਕ ਜਿਹੜੇ ਆ ਪਿੰਡਾਂ ਵਿੱਚ ਰਹਿੰਦੇ ਨੇ, ਅਤੇ ਇਹਦੇ ਵਿੱਚ ਆ ਕਿ ਸਾਡੇ ਪੰਚਾਇਤਾਂ ਪਿੰਡਾਂ ਵਿੱਚ ਬਣਦੀਆਂ ਵਾ। ਅਤੇ ਪਿੰਡਾਂ ਦੇ, ਕਿਉਂਕਿ ਸ਼ੁਰੂ ਤੋਂ ਜਦੋਂ ਤੋਂ ਅਸੀਂ ਰਹਿੰਦੇ, ਪੰਚਾਇਤਾਂ ਦਾ ਕੋਈ ਨਾ ਕੋਈ ਰੂਪ ਸਾਹਮਣੇ ਆਉਂਦਾ ਰਿਹਾ ਵਾ ਜਦੋਂ ਤੋਂ ਇਨਸਾਨ ਆਇਆ ਸੀ। ਭਾਵੇਂ ਕਿ ਉਹ ਕਬੀਲਿਆਂ ਦੇ ਲੋਕ ਸੀ, ਭਾਵੇਂ ਕੋਈ ਬ੍ਰਿਟਿਸ਼ ਰਾਜ ਸੀ ਜਾਂ ਮੁਗਲ ਰਾਜ ਸੀ, ਸਾਰਿਆਂ ਦੇ ਵਿੱਚ ਵੱਖਰਾ ਵੱਖਰਾ ਰੂਪ ਸੀ। ਕਬੀਲਿਆਂ ਦੇ ਵਿੱਚ ਉਹਨਾਂ ਦੇ ਇੱਕ ਸਰਦਾਰ ਹੁੰਦੇ ਸੀ, ਉਹਨਾਂ ਨੇ ਆਪਣੇ ਸਰਦਾਰ ਬਣਾਏ ਹੁੰਦੇ ਸੀ, ਉਹ ਅੱਗੇ ਸਾਰੇ ਕਬੀਲੇ ਨੂੰ ਚਲਾਉਂਦੇ ਸੀ। ਇਸੇ ਤਰ੍ਹਾਂ ਹੀ ਮੁਗਲ ਰਾਜ ਦੇ ਵਿੱਚ ਉਹਨਾਂ ਨੇ ਆਪਣੇ ਵਜ਼ੀਰ ਰੱਖੇ ਹੁੰਦੇ ਸੀ ਜੋ ਆਪਣੇ ਇਲਾਕੇ ਨੂੰ ਚਲਾਉਂਦੇ ਸੀ। ਇਸੇ ਤਰ੍ਹਾਂ ਸਾਡੇ ਜਿਹੜਾ ਹੈਗਾ ਸੀ ਬ੍ਰਿਟਿਸ਼ ਰਾਜ ਸੀ, ਉਹਦੇ ਵਿੱਚ ਵੀ ਆਪਾਂ ਆਪਣੇ ਅਹੁਦੇਦਾਰ ਥਾਪੇ ਸੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਉੱਥੇ ਜਿਹੜੀ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਸੀ, ਉਹਨਾਂ ਦੀ ਸੋਚ ਸੀ ਕਿ ਪਿੰਡਾਂ ਦੇ ਵਿੱਚ ਇੱਕ ਮੁੱਢਲੀ ਇਕਾਈ ਹੋਣੀ ਚਾਹੀਦੀ ਹੈ ਜਿਹੜੀ ਪਿੰਡ ਨੂੰ ਗਾਂ ਚਲਾਵੇ। ਠੀਕ ਆ, ਉਹਦੇ ਵਾਸਤੇ ਫਿਰ ਪੰਚਾਇਤਾਂ ਦੀ ਅੱਗੇ ਹੋਂਦ ਚੱਲੀ ਸੀ। ਅਸੀਂ ਜਿਹੜਾ ਵਾ ਪੰਚਾਇਤਾਂ ਨੂੰ ਜਿਹੜਾ 1952 ਦੇ ਵਿੱਚ ਜਿਹੜਾ ਵਾ ਇਹਦੇ ਵਾਸਤੇ ਮੁੱਢ ਸ਼ੁਰੂ ਕੀਤਾ ਗਿਆ ਸੀ। ਠੀਕ ਹੈ। ਪਹਿਲਾਂ ਇਹਦੀਆਂ 3 ਇਕਾਈਆਂ ਬਣਾਈਆਂ ਗਈਆਂ ਸੀ, ਜਿਵੇਂ ਕਿ ਪੰਚਾਇਤ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ। ਪਰ ਸ਼ੁਰੂ ਦੇ ਵਿੱਚ ਇਹਨਾਂ ਦੀ ਜਿਹੜੀ ਸੀ ਉਹ ਇੰਨੀ ਵਧੀਆ ਭੂਮਿਕਾ ਸਾਹਮਣੇ ਨਹੀਂ ਨਜ਼ਰ ਆਈ ਸੀ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ 1992 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਕਿ ਜਿਹਦੇ ਵਿੱਚ ਪੰਚਾਇਤਾਂ ਨੂੰ ਮੁੱਢਲੀ ਸਾਰੀ ਉਹਨਾਂ ਦੀ ਸੰਵਿਧਾਨ ਦੇ ਵਿੱਚ ਉਹਨਾਂ ਦੀ ਰੂਪ ਰੇਖਾ ਕਿਵੇਂ ਦੀ ਹੋਵੇਗੀ, ਉਹਨਾਂ ਦਾ ਸੰਵਿਧਾਨਿਕ ਢਾਂਚਾ ਕਿਵੇਂ ਦਾ ਹੋਵੇਗਾ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਕੀ ਹੋਣਗੇ, ਇਹ ਸਾਰਾ ਕੁਛ ਜਿਹੜਾ ਉਹਦੇ ਵਿੱਚ ਸੰਵਿਧਾਨ ਦੇ ਵਿੱਚ 1992 ਦੇ ਵਿੱਚ ਜਿਹੜਾ ਵਾ ਇਹ ਆਪਾਂ ਕੋਸ਼ਿਸ਼ ਕੀਤੀ ਕਿ ਪੰਚਾਇਤਾਂ ਨੂੰ ਇੱਕ ਮੁੱਖ ਰੂਪ ਦਿੱਤਾ ਜਾਵੇ। ਜਿਸ ਤਰ੍ਹਾਂ ਇੱਥੋਂ ਤੁਸੀਂ ਹੁਣ 1992 ਦੀ ਗੱਲ ਕੀਤੀ ਹੈ ਕਿ 1992 ਦੇ ਵਿੱਚ ਸਿਧਾਂਤਕ ਰੂਪ ਵਿੱਚ ਜਿਹੜੀਆਂ ਪੰਚਾਇਤਾਂ ਜਿਹੜੀਆਂ ਉਹ ਬਣ ਗਈਆਂ। ਹਾਂਜੀ। ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੁੰਦਾ ਆ, ਅਤੇ 1947 ਤੋਂ ਲੈ ਕੇ 92 ਤੱਕ ਜਿਹੜੇ ਫਿਰ ਪਿੰਡਾਂ ਦੇ ਵਿਕਾਸ ਜਿਹੜੇ ਸੀ ਉਹ ਕਿਸ ਤਰ੍ਹਾਂ ਚੱਲਦੇ ਰਹੇ ਕਿ ਉਹਦੇ ਸੰਬੰਧੀ ਕੀ ਕਹਿਣਾ? ਹਾਂਜੀ ਜੀ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਨਾ ਕਿ 1952 ਦੇ ਵਿੱਚ ਇੱਕ ਆਪਾਂ ਇਹਦਾ ਢਾਂਚਾ ਤਿਆਰ ਕਰ ਲਿਆ ਸੀ, ਪਰ ਕੰਮ ਹੁੰਦਾ ਸੀ, ਪੰਚਾਇਤਾਂ ਵੀ ਸੀ, ਪਰ ਪੰਚਾਇਤਾਂ ਦੀ ਕੋਈ ਰੂਪ ਰੇਖਾ ਨਹੀਂ ਸੀ ਕਿਤੇ ਜਿਹੜੀਆਂ ਵਾ ਪੰਜ ਕਿ 1992 ਦੇ ਵਿੱਚ ਜਿਹੜਾ ਅਸੀਂ ਸੰਵਿਧਾਨ ਦੇ ਵਿੱਚ ਸੋਧ ਕੀਤੀ ਸੀ ਜਿਹੜੀ
24 अप्रैल 1994 ਨੂੰ ਲਾਗੂ ਹੋ ਗਈ ਸੀ ਉਹਦੇ ਵਿੱਚ ਪ੍ਰੋਪਰ ਇਹਦਾ ਮਤਲਬ ਕਿ ਰੂਪਰੇਖਾ ਬਣ ਗਈ ਸੀ ਵੀ ਸਾਡੀ 5 ਸਾਲਾ ਪੰਚਾਇਤ ਹੋਏਗੀ ਚੋਣ ਹੋਏਗੀ ਸੰਮਤੀਆਂ ਦੀ ਚੋਣ ਹੋਏਗੀ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਹੋਏਗੀ ਉਸ ਤੋਂ ਪਹਿਲਾਂ ਜਿਹੜਾ ਆਪਣਾ ਢਾਂਚਾ ਸੀ ਨਾ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਸੀ ਉਹਦੇ ਵਿੱਚ ਖਾਮੀਆਂ ਸੀ ਕਿ ਜਿਵੇਂ ਕਿ ਸਾਡੀ ਜਿਹੜੀ ਚੋਣ ਦਾ ਕੋਈ ਟਾਈਮ ਪੀਰੀਅਡ ਨਿਸ਼ਚਿਤ ਨਹੀਂ ਸੀ ਕੀਤਾ ਕਈ ਵਾਰੀ 5 ਸਾਲ ਬਾਅਦ ਚੋਣ ਸੀ ਕਈ ਵਾਰੀ 7 ਸਾਲ ਬਾਅਦ ਚੋਣ ਹੋ ਜਾਂਦੀ ਸੀ ਕਈ ਵਾਰੀ 10 ਸਾਲ ਬਾਅਦ ਵੀ ਚੋਣ ਹੁੰਦੀ ਸੀ ਇਸ ਤਰ੍ਹਾਂ ਹੀ ਔਰਤਾਂ ਦੀ ਕੋਈ ਰਿਜ਼ਰਵੇਸ਼ਨ ਨਹੀਂ ਸੀ ਉਹਦੇ ਵਿੱਚ ਹੈਗੀ ਕੋਈ ਜਿਹੜਾ ਹੈਗਾ ਸੀ ਕਿ ਅਗਰ ਕੋਈ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ ਚੋਣ ਕਿਸ ਤਰੀਕੇ ਨਾਲ ਕਰਵਾਉਣੀ ਆ ਜਾਂ ਕੋਈ ਜ਼ਿੰਮੇਵਾਰੀਆਂ ਨਹੀਂ ਸੀ ਕਿਸੇ ਦੀਆਂ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਕਹਿਣ ਦਾ ਮਤਲਬ ਤੁਹਾਡਾ ਇਹ ਆ ਕਿ 1992 ਤੋਂ ਜਦੋਂ ਸੰਵਿਧਾਨਕ ਤੌਰ ਉੱਤੇ ਇਹਨੂੰ ਐਕਟ ਨੂੰ ਪਾਸ ਕਰ ਦਿੱਤਾ ਗਿਆ ਐਕਟ ਦੇ ਪਾਸ ਹੋਣ ਤੋਂ ਬਾਅਦ 1994 ਦੇ ਵਿੱਚ ਇਹ ਲਾਗੂ ਕਰ ਦਿੱਤਾ ਗਿਆ ਉਸ ਤੋਂ ਪਹਿਲਾਂ ਕਿਸੇ ਕਿਸਮ ਦਾ ਵੀ ਕੋਈ ਜਿਹੜਾ ਕੰਮ ਦਾ ਕੰਮ ਸੀਗਾ ਉਹ ਵਧੀਆ ਢੰਗ ਦੇ ਨਾਲ ਨਹੀਂ ਸੀਗਾ ਹੁੰਦਾ ਹਾਂਜੀ ਮਤਲਬ ਕਿ ਜਿੰਨੇ ਹੁਣ ਆਪਾਂ ਹੁਣ ਅੱਜ ਦੀ ਪੰਚਾਇਤਾਂ ਦੀ ਰੂਪ ਰੇਖਾ ਤੇ ਇਸ ਤੋਂ 1992 ਜਾਂ 1994 ਤੋਂ ਪਹਿਲਾਂ ਦੀ ਰੂਪ ਰੇਖਾ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਸੀ ਠੀਕ ਹੈ ਜੀ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਸੀ ਉਹ ਆਪਣੀ ਮਰਜ਼ੀ ਦੇ ਨਾਲ ਹੀ ਮੌਜੂਦਾ ਸਰਕਾਰਾਂ ਉਹ ਜਿਹੜਾ ਸਿਸਟਮ ਚੱਲਦਾ ਸੀ ਪਰ ਹੁਣ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਪੰਚਾਇਤਾਂ ਕੰਮ ਕਰ ਰਹੀਆਂ ਵਾ ਇਸ ਟਾਈਮ ਸਾਡੇ ਕੋਲ ਜਿਹੜਾ ਵਾ 13,276 ਗ੍ਰਾਮ ਜਿਹੜੀਆਂ ਵਾ ਪੰਚਾਇਤਾਂ ਇਸ ਟਾਈਮ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ 13,276 ਪੰਚਾਇਤਾਂ ਇਸ ਟਾਈਮ ਹਾਂਜੀ ਅਤੇ ਇਸ ਤੋਂ ਬਾਅਦ ਮੈਂ ਜੀ ਅੱਗੇ ਜਿੱਥੇ ਤੁਸੀਂ ਅੱਜ ਇਹ ਗੱਲ ਦੱਸੀ ਆ ਕਿ ਕੋਈ 13,500 ਪੰਚਾਇਤ ਜਿਹੜੀ ਆ ਪੂਰੇ ਪੰਜਾਬ ਦੇ ਅੰਦਰ ਆ ਅਤੇ ਇਹ ਜਿਹੜਾ 1992 ਦੇ ਵਿੱਚ ਐਕਟ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪੂਰੇ ਭਾਰਤ ਦੇ ਐਕਟ ਦੀ ਗੱਲ ਕਰ ਰਹੇ ਹੋ ਜਾਂ ਇਕੱਲੇ ਪੰਜਾਬ ਦੇ ਐਕਟ ਦੀ ਗੱਲ ਕਰ ਰਹੇ ਹੋ ਜਨਸੰਖਿਆ ਦਾ ਅਨੁਪਾਤ ਵੀ ਰੱਖਿਆ ਗਿਆ ਕਿ ਕਿੰਨੀ ਆਬਾਦੀ ਹੋਵੇਗੀ ਤੇ ਅਸੀਂ ਜਿਹੜੀ ਇੱਕ ਪੰਚਾਇਤ ਕੋਈ ਬਣਾ ਸਕਦੇ ਹਾਂ ਹਾਂਜੀ ਜੀ ਇਹਨਾਂ ਦੇ ਵਿੱਚ ਹੈਗਾ ਵਾ ਕਿ ਜਿਵੇਂ ਆਪਾਂ ਸਾਡੀ ਪੰਚਾਇਤਾਂ ਦੇ ਵਿੱਚ 5 ਤੋਂ ਲੈ ਕੇ 13 ਤੱਕ ਮੈਂਬਰ ਹੁੰਦੇ ਆ ਜੀ ਕਿ ਅਸੀਂ ਘੱਟ ਤੋਂ ਘੱਟ ਸਾਡੀ ਜਿਹੜੀ 5 ਮੈਂਬਰੀ ਪੰਚਾਇਤ ਹੁੰਦੀ ਆ ਤੇ ਵੱਧ ਤੋਂ ਵੱਧ ਸਾਡੀ ਜਿਹੜੀ ਆ 13 ਮੈਂਬਰੀ ਜਿਹੜੀ ਪੰਚਾਇਤ ਹੁੰਦੀ ਆ ਤੇ ਇਹਦੇ ਵਿੱਚ ਆ ਕਿ ਸਾਡੀ ਆਬਾਦੀ ਦੇ ਹਿਸਾਬ ਨਾਲ ਤੇ ਇੱਕ ਡਿਸਟੈਂਸ ਦੇ ਹਿਸਾਬ ਦੇ ਨਾਲ ਜਿਹੜੀ ਆ ਪੰਚਾਇਤ ਨਵੀਂ ਪੰਚਾਇਤ ਬਣਦੀ ਆ ਤੇ ਉਹਦੇ ਵਿੱਚ ਆ ਕਿ ਜਿਵੇਂ ਅਸੀਂ ਪਿੰਡਾਂ ਦੇ ਵਿਕਾਸ ਵਾਸਤੇ ਕਈ ਵਾਰੀ ਹੁੰਦਾ ਵਾ ਕਿ ਬਹੁਤ ਜ਼ਿਆਦਾ ਵੱਡਾ ਪਿੰਡ ਹੋਣ ਕਰਕੇ ਸਾਨੂੰ ਜਿਹੜਾ ਵਾ ਉੱਥੇ ਪ੍ਰੋਪਰ ਇੱਕ ਪੰਚਾਇਤ ਕੰਮ ਨਹੀਂ ਕਰ ਪਾਉਂਦੀ ਤਾਂ ਫਿਰ ਸਾਨੂੰ ਉੱਥੇ ਜਿਹੜੀ ਆ ਵਾ ਅਸੀਂ ਦੇਖਦੇ ਹਾਂ ਕਿ ਅੱਜ ਦੇ ਪਿੰਡਾਂ ਦੇ ਵਿੱਚ ਕਈ ਵਾਰੀ ਇੱਕ ਪਿੰਡ ਦੇ ਵਿੱਚ 3-3 ਪੰਚਾਇਤਾਂ ਵੀ ਬਣੀਆਂ ਹੋਈਆਂ ਉਹਨਾਂ ਦਾ ਇਹੀ ਕਾਰਨ ਆ ਕਿ ਪੰਚਾਇਤਾਂ ਦਾ ਸਹੀ ਤਰੀਕੇ ਨਾਲ ਵਿਕਾਸ ਹੋ ਸਕੇ ਉਹਦੇ ਵਾਸਤੇ ਜਿਹੜਾ ਵਾ ਇਹ ਪੰਚਾਇਤਾਂ ਦੀ ਗਠਨ ਕੀਤੀਆਂ ਗਈਆਂ ਵਾ ਅਤੇ ਇਸ ਟਾਈਮ ਜਿਹੜਾ ਸਾਡਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਜਿਹੜਾ ਪੰਚਾਇਤੀ ਜਿਹੜਾ ਵਾ ਉਹਨਾਂ ਦੀ ਟ੍ਰੇਨਿੰਗ ਦਾ ਜਿਹੜਾ ਮੇਨ ਕੰਮ ਆ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵਾ ਸਾਡੀ ਮੋਹਾਲੀ ਦੇ ਵਿੱਚ ਉਹ ਜਿਹੜੀ ਆ ਪੰਚਾਇਤਾਂ ਨੂੰ ਟ੍ਰੇਨਿੰਗ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਆ ਅਤੇ ਆਪਾਂ ਜਿਹੜਾ ਵਾ ਮਤਲਬ ਕਿ ਜਿੰਨੇ ਵੀ ਸਾਡੇ 5 ਸਰਪੰਚ ਨਵੇਂ ਆਉਂਦੇ ਆ ਉਹਨਾਂ ਦੀਆਂ ਟ੍ਰੇਨਿੰਗਾਂ ਲਾ ਕੇ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਕਿ ਸਰਪੰਚਾਂ ਦੀਆਂ ਕੀ ਜ਼ਿੰਮੇਵਾਰੀਆਂ ਵਾ ਪੰਚਾਇਤਾਂ ਦੇ ਕੀ ਰੋਲ ਨੇ ਪਿੰਡਾਂ ਦੇ ਵਿੱਚ ਇਹ ਦੱਸਿਆ ਜਾਂਦਾ ਵਾ ਬਿਲਕੁਲ ਜਿਸ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਵੀ ਕਿ ਜਿਸ ਤਰ੍ਹਾਂ ਮੈਡਮ ਮਨਦੀਪ ਤੁਸੀਂ ਗੱਲ ਨੂੰ ਦੱਸਿਆ ਕਿ ਕਿਸ ਤਰ੍ਹਾਂ ਪੰਚਾਇਤਾਂ ਜਿਹੜੀਆਂ 1992 ਦੇ ਵਿੱਚ ਇਹਦਾ ਐਕਟ ਬਣਾਇਆ ਗਿਆ ਅਤੇ 94 ਦੇ ਵਿੱਚ ਪ੍ਰੋਪਰ ਤੌਰ ਉੱਤੇ ਲਾਗੂ ਕਰ ਦਿੱਤਾ ਗਿਆ ਸੋ ਸਾਡੇ ਨਾਲ ਮੈਡਮ ਦਵਿੰਦਰਜੀਤ ਕੌਰ ਵੀ ਨਾਲ ਮੌਜੂਦ ਨੇ ਮੈਂ ਉਹਨਾਂ ਦੇ ਕੋਲ ਵੀ ਇਹ ਸਵਾਲ ਇੱਕ ਲੈ ਕੇ ਜਾਣਾ ਚਾਹੁੰਦਾ ਹਾਂ ਕਿ ਮੈਡਮ ਜਿਹੜੀਆਂ ਪੰਚਾਇਤਾਂ ਜਦੋਂ ਬਣਦੀਆਂ ਪੰਚਾਇਤਾਂ ਤੋਂ ਇਹ ਸਿੱਧੀ ਪੰਚਾਇਤ ਹੀ ਬਣ ਜਾਂਦੀ ਹੈ ਕਿਸ ਤਰ੍ਹਾਂ ਬਣਦੀ ਆ ਇਹਦੇ ਤੋਂ ਪਹਿਲਾਂ ਵੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿ ਸਿੱਧਾ ਹੀ ਪੰਚਾਇਤ ਦਾ ਕੋਈ ਕਿਸ ਤਰ੍ਹਾਂ ਚੁਣੀ ਜਾਂਦੀ ਹੈ ਪੰਚਾਇਤ ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਖਾਲਸਾ ਨਿਊਜ਼ ਦਾ ਧੰਨਵਾਦ ਕਰਦੀ ਹਾਂ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਅਤੇ ਇੱਦਾਂ ਆ ਕਿ ਜਿਹੜੀ ਪੰਚਾਇਤ ਤੋਂ ਪਹਿਲਾਂ ਇੱਕ ਉਸ ਤੋਂ ਵੀ ਇੱਕ ਪਹਿਲਾਂ ਜਿਹੜੀ ਇਕਾਈ ਆ ਉਹ ਹੈਗੀ ਗ੍ਰਾਮ ਸਭਾ ਦੀ ਗ੍ਰਾਮ ਸਭਾ ਹੁਣ ਜਿਹੜੀ ਸਾਡੀ ਪਿੰਡਾਂ ਵਿੱਚ ਗ੍ਰਾਮ ਸਭਾ ਆਮ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਗ੍ਰਾਮ ਸਭਾ ਕੀ ਹੁੰਦੀ ਆ ਮੈਂ ਇਹਦੇ ਬਾਰੇ ਵੀ ਥੋੜ੍ਹਾ ਦੱਸਣਾ ਚਾਹੂੰਗੀ ਕਿ ਗ੍ਰਾਮ ਸਭਾ ਉਹ ਆ ਕੇ ਜਿਹਦੇ ਵਿੱਚ ਕੋਈ ਵੀ 18 ਸਾਲ ਤੋਂ ਉੱਪਰ ਜਿਹਦੀ ਵੋਟਰ ਸੂਚੀ ਦੇ ਵਿੱਚ ਜਿਹਦਾ ਨਾਂ ਸ਼ਾਮਿਲ ਹੋ ਜਾਂਦਾ ਉਹ ਗ੍ਰਾਮ ਸਭਾ ਦਾ ਮੈਂਬਰ ਬਣ ਜਾਂਦਾ ਹੈ ਫਿਰ ਗ੍ਰਾਮ ਸਭਾ ਜਿਹੜੀ ਆ ਉਹ ਪੰਚਾਇਤਾਂ ਦੀ ਜਿਹੜੀ ਚੋਣ ਕਰਦੀ ਹੈ ਬਿਲਕੁਲ ਜਿਸ ਤਰ੍ਹਾਂ ਤੁਸੀਂ ਮੈਡਮ ਜਿੰਦਰ ਜੀ ਹੁਣੇ ਦੱਸਿਆ ਆ ਕਿ ਪੰਚਾਇਤ ਦੀ ਸਿੱਧੀ ਡਾਇਰੈਕਟ ਜਿਹੜੀ ਚੋਣ ਆ ਉਹ ਨਹੀਂ ਕੀਤੀ ਜਾਂਦੀ ਉਸ ਤੋਂ ਪਹਿਲਾਂ ਇੱਕ ਗ੍ਰਾਮ ਸਭਾ ਹੁੰਦੀ ਆ ਅਤੇ ਗ੍ਰਾਮ ਸਭਾ ਦੇ ਵਿੱਚ ਕਿਹੜੇ ਕਿਹੜੇ ਗ੍ਰਾਮ ਸਭਾ ਦੇ ਮੈਂਬਰ ਹੁੰਦੇ ਆ ਜੀ
ਇਹੀ ਗੱਲ ਮੈਂ ਦੱਸ ਚੁੱਕੀ ਹਾਂ ਕਿ ਜੋ ਵੀ ਜਿਹਦਾ ਨਾਮ ਵੀ ਵੋਟਰ ਸੂਚੀ ਦੇ ਵਿੱਚ ਸ਼ਾਮਿਲ ਹੋ ਜਾਂਦਾ ਆ ਉਹ ਆਟੋਮੈਟਿਕਲੀ ਗ੍ਰਾਮ ਸਭਾ ਦਾ ਮੈਂਬਰ ਜਿਹੜਾ ਹੁੰਦਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋ ਚੁੱਕੀ ਆ ਤੇ ਉਹ ਉਸ ਪਿੰਡ ਦਾ ਤੇ ਭਾਰਤ ਦਾ ਪੰਜਾਬ ਦਾ ਵਾਸੀ ਆ ਜਾਂ ਭਾਰਤ ਦਾ ਵਾਸੀ ਆ ਤੇ ਜਿਹੜੇ ਪਿੰਡ ਦੇ ਵਿੱਚ ਉਹ ਰਹਿ ਰਿਹਾ ਲੰਮੇ ਸਮੇਂ ਤੋਂ ਉੱਥੇ ਰਹਿੰਦਾ ਹੋਵੇ ਤੇ ਉਹ ਉਸ ਗ੍ਰਾਮ ਸਭਾ ਦਾ ਮੈਂਬਰ ਆ ਤੇ ਜਿਹਦੀ ਉਮਰ 18 ਸਾਲ ਤੋਂ ਉੱਤੇ ਆ ਤੇ ਵੋਟਰ ਸੂਚੀ ਦੇ ਵਿੱਚ ਉਹਦਾ ਨਾਂ ਦਰਜ ਆ ਉਹ ਸਭ ਤੋਂ ਪਹਿਲਾਂ ਇੱਕ ਗ੍ਰਾਮ ਸਭਾ ਬਣਦੀ ਆ ਤੇ ਗ੍ਰਾਮ ਸਭਾ ਤੋਂ ਬਾਅਦ ਮੈਡਮ ਦਵਿੰਦਰ ਜੀ ਕਿਸ ਤਰ੍ਹਾਂ ਜਿਹੜੀ ਇਹਦੀ ਚੋਣ ਜਿਹੜੀ ਆ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਆ ਪੰਚਾਇਤ ਦੀ ਉਹ ਆਪ ਬਹਿ ਕੇ ਕਰ ਲੈਂਦੇ ਕਿ ਜਾਂ ਉਹਨਾਂ ਦੀ ਕੋਈ ਇਲੈਕਸ਼ਨ ਕੀਤੀ ਜਾਂਦੀ ਆ ਕੁਝ ਵੋਟਾਂ ਪੈਂਦੀਆਂ ਮੈਡਮ ਜਿਸ ਤਰ੍ਹਾਂ ਹੁਣ ਮੈਡਮ ਜੀ ਹੁਣਾਂ ਨੇ ਦੱਸਿਆ ਸਾਡੇ ਨਾਲ ਗੱਲ ਕੀਤੀ ਆ ਮੈਡਮ ਦਵਿੰਦਰਜੀਤ ਕੌਰ ਹੁਣਾਂ ਨੇ ਕਿ ਜਿਹੜੀ ਅਸੀਂ ਸਾਰੇ ਲੋਕ ਇਸ ਗੱਲ ਤੋਂ ਜਾਣੂ ਆ ਕਿ ਪੰਚਾਇਤ ਜਿਹੜੀ ਆ ਇਹਦੇ ਕੋਲ ਹੀ ਸਾਰੀਆਂ ਪਾਵਰਾਂ ਹੁੰਦੀਆਂ ਅਤੇ ਪੰਚਾਇਤ ਹੀ ਸਾਰੇ ਕੰਮ ਕਰਦੀ ਆ ਅਤੇ ਅੱਜ ਇੱਕ ਨਵੀਂ ਗੱਲ ਤੁਸੀਂ ਜਿਹੜੀ ਆ ਇਹ ਲੋਕਾਂ ਦੇ ਥਰੂ ਲੋਕਾਂ ਦੇ ਸਾਹਮਣੇ ਇੱਕ ਰੱਖੀ ਆ ਕਿ ਪੰਚਾਇਤ ਨੂੰ ਚੁਣਨ ਵਾਸਤੇ ਗ੍ਰਾਮ ਸਭਾ ਜਿਹੜੀ ਆ ਉਹ ਹੁੰਦੀ ਆ ਅਤੇ ਗ੍ਰਾਮ ਸਭਾ ਜਿਹੜੀ ਉਹ ਪੰਚਾਇਤ ਨੂੰ ਚੁਣਦੀ ਆ ਕਿ ਗ੍ਰਾਮ ਸਭਾ ਜਿਹੜੀ ਉਹ ਪੰਚਾਇਤ ਨਾਲੋਂ ਤਾਕਤਵਰ ਹੁੰਦੀ ਆ ਕਿਸ ਤਰ੍ਹਾਂ ਜੀ ਨਹੀਂ ਜੀ ਗ੍ਰਾਮ ਸਭਾ ਜਿਹੜੀ ਉਹ ਪੰਚਾਇਤ ਨਾਲੋਂ ਤਾਕਤਵਰ ਹੁੰਦੀ ਆ ਜੀ ਜੀ ਕਿਉਂਕਿ ਉਹਨੇ ਹੀ ਸਾਰਾ ਕੁਛ ਉਹਨੇ ਉਹਨਾਂ ਦੀ ਚੋਣ ਕਰਨੀ ਹੁੰਦੀ ਪੰਚਾਇਤ ਪੰਚਾਇਤ ਦੀ ਕੋਲ ਜਿਹੜੀ ਆ ਤਾਕਤ ਘੱਟ ਹੁੰਦੀ ਆ ਗ੍ਰਾਮ ਸਭਾ ਦੇ ਕੋਲ ਤੁਹਾਡਾ ਕਹਿਣ ਦਾ ਮਤਲਬ ਜ਼ਿਆਦਾ ਹੁੰਦੀ ਆ ਕਿਉਂਕਿ ਉਹਨੇ ਉਹਦੀ ਚੋਣ ਕਰਨੀ ਹੁੰਦੀ ਆ ਉਹਨੇ ਉਹ ਨੁਮਾਇੰਦੇ ਜਿਹੜੇ ਚੁਣੇ ਹੁੰਦੇ ਆ ਪਰ ਇਹਨਾਂ ਦੇ ਕੋਲ ਅੱਜ ਜਦੋਂ ਅਸੀਂ ਪੰਚਾਇਤ ਚੁਣ ਲੈਂਦੇ ਹਾਂ ਪਹਿਲਾਂ ਗ੍ਰਾਮ ਸਭਾ ਹੁੰਦੀ ਆ ਗ੍ਰਾਮ ਸਭਾ ਅਤੇ ਗ੍ਰਾਮ ਸਭਾਵਾਂ ਪਿੰਡਾਂ ਦੇ ਵਿੱਚ ਹੋ ਰਹੀਆਂ ਜਾਂ ਨਹੀਂ ਹੋ ਰਹੀਆਂ ਗ੍ਰਾਮ ਸਭਾ ਦੇ ਕੁਛ ਇਜਲਾਸ ਹੁੰਦੇ ਆ ਚਾਰ ਇਜਲਾਸ ਹੁੰਦੇ ਆ ਲਾਜ਼ਮੀ ਇਜਲਾਸ ਹੁੰਦੇ ਆ ਜਿਹੜੇ ਆਪਾਂ ਜਿਹੜੇ ਉਹ ਕਰਨੇ ਪੈਂਦੇ ਆ ਸਰਪੰਚ ਜਿਹੜਾ ਉਹਨਾਂ ਦੀ ਉਹ ਜਿਹੜਾ ਗ੍ਰਾਮ ਸਭਾ ਦੀ ਬੈਠਕ ਜਿਹੜੀ ਉਹ ਸਰਪੰਚ ਹੀ ਬੁਲਾਉਂਦਾ ਆ ਤੇ ਹਾਂਜੀ ਹਾਂਜੀ ਜਿਹੜੇ ਉਹਦੇ ਜਿਹੜੇ ਜਿਹੜੀ ਪੰਚਾਇਤ ਆ ਪੰਚਾਇਤ ਨੇ ਚਾਰ ਜਿਹੜੇ ਇਜਲਾਸ ਜਿਹੜੇ ਗ੍ਰਾਮ ਸਭਾ ਦੇ ਬੁਲਾਉਣੇ ਹੁੰਦੇ ਆ ਪਰ ਅੱਜ ਪੰਜਾਬ ਦੀ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਆ ਅਤੇ ਉਹਨਾਂ ਦੇ ਜਿਹੜੇ ਸਾਡੇ ਮੰਤਰੀ ਭਾਈ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਨੇ ਉਹਨਾਂ ਨੇ ਇੱਕ ਬੜਾ ਵੱਡਾ ਇਹਦੇ ਉੱਤੇ ਸਟੈਪ ਲਿਆ ਹੋਇਆ ਆ ਕਿ ਲੋਕਾਂ ਨੂੰ 26 ਜੂਨ ਤੋਂ ਪਹਿਲਾਂ ਜਿਹੜਾ ਹਰ ਇੱਕ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਇੱਕ ਗ੍ਰਾਮ ਸਭਾ ਦਾ ਇਜਲਾਸ ਕੀਤਾ ਜਾਵੇ ਤੇ ਅੱਜ ਦਾ ਮੈਂ ਉਹ ਪੁੱਛਣਾ ਚਾਹੁੰਦਾ ਮੈਡਮ ਅਲੀ ਜੀ ਉਹ ਕੀ ਚੀਜ਼ ਆ ਉਹ ਗ੍ਰਾਮ ਸਭਾ ਦਾ ਇਜਲਾਸ ਕੀ ਆ ਦੇਖੋ ਜੀ ਅਸੀਂ ਜਿਵੇਂ ਕਿ ਮੈਡਮ ਹੋਣਾ ਨੇ ਦੱਸਿਆ ਕਿ ਚਾਰ ਇਜਲਾਸ ਲਾਜ਼ਮੀ ਸੀ ਜਿਵੇਂ ਕਿ ਸਾਡੇ ਸੰਵਿਧਾਨ ਦੇ ਵਿੱਚ 2 ਇਜਲਾਸ ਲਾਜ਼ਮੀ ਕੀਤੀ ਗਏ ਸੀ ਪਹਿਲਾਂ ਜਦੋਂ ਕਿ ਜਿਹੜੀ ਆਪਾਂ ਤੁਹਾਨੂੰ ਦੱਸਿਆ ਕਿ 1994 ਦੇ ਵਿੱਚ ਐਕਟ ਲਾਗੂ ਹੋਇਆ ਉਹਦੇ ਵਿੱਚ ਹਾੜੀ ਅਤੇ ਸਾਉਣੀ ਦਾ ਇਜਲਾਸ ਸੀ ਜਿਹੜਾ ਕਿ ਹਰ ਪੰਚਾਇਤ ਲਈ ਜਾਂ ਹਰ ਗ੍ਰਾਮ ਸਭਾ ਦੇ ਵਿੱਚ ਹੋਣਾ ਲਾਜ਼ਮੀ ਸੀ ਠੀਕ ਹੈ ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਚਾਨਣਾ ਇਹਦੇ ਬੈਕਗਰਾਊਂਡ 'ਤੇ ਮਾਰਾਂਗੀ ਕਿ ਜਿਵੇਂ ਕਿ ਗ੍ਰਾਮ ਸਭਾ ਮੈਡਮ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਹਰ ਉਹ ਪਰਸਨ ਜਿਹਦੀ ਏਜ ਜਿਹੜੀ ਆ 18 ਸਾਲ ਤੋਂ ਉੱਪਰ ਹੋ ਗਈ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਆ ਉਹ ਗ੍ਰਾਮ ਸਭਾ ਦਾ ਮੈਂਬਰ ਬਣ ਗਿਆ ਸੋ ਉਦੋਂ ਤੱਕ ਮੈਂਬਰ ਰਹਿੰਦਾ ਵਾ ਜਦੋਂ ਤੱਕ ਉਹ ਉੱਥੋਂ ਦਾ ਵਸਨੀਕ ਰਹਿੰਦਾ ਉਸਦੀ ਨਾਂ ਉਹਦੀ ਵੋਟਰ ਸੂਚੀ ਵਿੱਚ ਉਸ ਪਿੰਡ ਦੀ ਵੋਟਰ ਸੂਚੀ ਵਿੱਚ ਦਰਜ ਰਹਿੰਦਾ ਵਾ ਉਦੋਂ ਤੱਕ ਉਸ ਗ੍ਰਾਮ ਸਭਾ ਦਾ ਮੈਂਬਰ ਰਹਿੰਦਾ ਜਦੋਂ ਉਹਦੀ ਮੌਤ ਹੋ ਜਾਂਦੀ ਉਹਦਾ ਨਾਮ ਵੋਟਰ ਸੂਚੀ 'ਚੋਂ ਕੱਟਿਆ ਜਾਂਦਾ ਵਾ ਫਿਰ ਉਹ ਉੱਥੋਂ ਦੀ ਗ੍ਰਾਮ ਸਭਾ ਦਾ ਮੈਂਬਰ ਨਹੀਂ ਰਹਿੰਦਾ ਜਾਂ ਕੋਈ ਕੁੜੀ ਵਿਆਹ ਕਰਾ ਕੇ ਦੂਸਰੇ ਪਿੰਡ ਚਲ ਜਾਂਦੀ ਉੱਥੋਂ ਦੀ ਵਸਨੀਕ ਹੋ ਜਾਂਦੀ ਆ ਉੱਥੋਂ ਦੀ ਗ੍ਰਾਮ ਸਭਾ ਦੀ ਮੈਂਬਰ ਬਣ ਜਾਂਦੀ ਆ ਤਾਂ ਉਹਦਾ ਜਿਹੜਾ ਪੇਕੇ ਘਰ ਵਾਲਾ ਪਿੰਡ ਹੁੰਦਾ ਵਾ ਉੱਥੋਂ ਉਹਦਾ ਨਾਮ ਵੋਟਰ ਸੂਚੀ 'ਚੋਂ ਕੱਟਿਆ ਜਾਂਦਾ ਠੀਕ ਹੈ ਜੀ ਅਸੀਂ ਜਿਹੜਾ ਵਾ ਜਿਵੇਂ ਕਿ ਚੋਣ ਕਰਕੇ ਪੰਚਾਇਤਾਂ ਦੀ ਅੱਗੇ ਸਰਪੰਚ ਅਤੇ ਪੰਚ ਜਿਹੜੇ ਚੁਣੇ ਜਾਂਦੇ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ 5 ਤੋਂ ਲੈ ਕੇ 13 ਤੱਕ ਜਿਹੜੀ ਸਾਡੇ ਪੰਚਾਂ ਅਤੇ ਪੰਚਾਂ ਦੀ ਗਿਣਤੀ ਹੁੰਦੀ ਆ ਪਰ ਜਿਹੜਾ ਹੈਗਾ ਸੀ ਕਿ ਜਿਵੇਂ ਕਿ 2005 ਦੇ ਵਿੱਚ ਜਿਹੜੀ ਵਾਰਡਬੰਦੀ ਕਰ ਦਿੱਤੀ ਗਈ ਸੀ ਵਾਰਡਬੰਦੀ ਦੇ ਵਿੱਚ ਇਹ ਕੀਤਾ ਸੀ ਕਿ ਵਾਰਡਾਂ ਬਣਾ ਦਿੱਤੀਆਂ ਗਈਆਂ ਸੀ ਪਿੰਡਾਂ ਦੇ ਵਿੱਚ ਅਤੇ ਉਹਦੇ ਵਿੱਚ ਪੰਚਾਇਤ ਦੀ ਚੋਣ ਹੋਏਗੀ ਪੰਚ ਆਪਣੀ ਇੱਕ ਵਾਰਡ ਵਾਸਤੇ ਚੁਣਿਆ ਜਾਵੇਗਾ ਉੱਥੋਂ ਲਈ ਉਹ ਜਿਹੜਾ ਵਾ ਉਹ ਜ਼ਿੰਮੇਵਾਰ ਹੋਵੇਗਾ ਆਪਣੀ ਵਾਰਡ ਦਾ ਸ਼ੁਰੂ ਦੇ ਵਿੱਚ ਕੀ ਕੀਤਾ ਸੀ ਕਿ ਉਹ ਵਾ ਜਿਹੜਾ ਪੰਚ ਚੁਣੇ ਜਾਂਦੇ ਸੀ ਉਹ ਕਿ ਸਰਪੰਚ ਦੀ ਚੋਣ ਕਰਦੇ ਸੀ ਪਰ ਇਹ ਜ਼ਿਆਦਾ ਸਕਸੈਸ ਨਹੀਂ ਸੀ ਰਿਹਾ ਇਸ ਕਰਕੇ ਜਿਹੜਾ ਵਾ ਫਿਰ ਦੁਬਾਰਾ ਤੋਂ ਇਹ ਪ੍ਰੋਸੈਸ ਕਰ ਦਿੱਤਾ ਕਿ ਸਰਪੰਚ ਦੀ ਚੋਣ ਜਿਹੜੀ ਆ ਸਾਰੇ ਪਿੰਡ ਦੀ ਵੋਟ ਨਾਲ ਹੋਏਗੀ ਅਤੇ ਪੰਚ ਦੀ ਚੋਣ ਜਿਹੜੀ ਆ ਉੱਥੋਂ ਦੇ ਵਾਰਡ ਦੇ ਲੋਕ ਹੀ ਪਾਉਣਗੇ ਇਹਦਾ ਇਹ ਫਾਇਦਾ ਹੋਇਆ ਕਿ ਮੰਨ ਲਓ ਕਿਸੇ ਵਾਰਡ ਦਾ ਕੋਈ ਪੰਚ ਜਿਹੜਾ ਸਸਪੈਂਡ ਹੋ ਜਾਂਦਾ ਜਾਂ ਕਿਸੇ ਕਾਰਨ ਕਰਕੇ ਉਹਦਾ ਅਹੁਦਾ ਖਾਲੀ ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਆ ਤਾਂ ਸਾਰੇ ਪਿੰਡ ਨੂੰ ਵੋਟ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਸਿਰਫ ਉਹੀ ਵਾਰਡ ਦੇ ਲੋਕ ਹੀ ਵੋਟ ਪਾ ਕੇ ਆਪਣਾ ਨਵਾਂ ਨੁਮਾਇੰਦਾ ਜਿਹੜਾ ਚੁਣ ਸਕਦੇ ਆ ਠੀਕ ਹੈ
ਇਹਦੇ ਨਾਲ ਕੀ ਲੋਕਾਂ ਦੀ ਜਿਹੜੀ ਆ ਸ਼ਮੂਲੀਅਤ ਵੀ ਵੱਧ ਗਈ ਆ, ਲੋਕ ਪਾਰਦਰਸ਼ਤਾ ਜਿਹੜੀ ਸਾਡੀ ਮੇਨ ਹੈਗਾ ਸੀ ਕਿ ਪਾਰਦਰਸ਼ਤਾ ਵਧਣੀ ਚਾਹੀਦੀ ਆ। ਤੁਹਾਡਾ ਕੁਐਸਚਨ ਸੀ ਕਿ ਸਾਡਾ ਜਿਹੜਾ ਇਜਲਾਸ ਆ ਜਿਹੜਾ ਕਿ ਹੁਣ ਨਾ ਦਿਹਾੜੀ ਹੈ ਨਾ ਸੋਹਣੀ ਹੈ, ਨਾ ਹੀ 26 ਜਨਵਰੀ ਹੈ ਤੇ ਨਾ ਹੀ 2 ਅਕਤੂਬਰ ਹੈ, ਠੀਕ ਹੈ ਜੀ। 4 ਇਜਲਾਸ ਸਾਡੇ ਜਿਹੜੇ ਲਾਜ਼ਮੀ ਆ, ਤੇ ਇਹ ਜਿਹੜਾ ਇਜਲਾਸ ਆ ਇਹ ਕਿਹੜਾ ਕਿਹੜੀ ਗਿਣਤੀ ਚ ਅਸੀਂ ਲਵਾਂਗੇ? ਤੇ ਇਹ ਅਸੀਂ ਜੀ ਅਸੀਂ ਸਪੈਸ਼ਲ ਇਜਲਾਸ ਵੀ ਹੁੰਦੇ ਹਾਂ, ਕੁਛ ਇਜਲਾਸ ਜਿਵੇਂ ਕਿ ਮੰਨ ਲਓ ਤੁਹਾਡੇ ਕੋਈ ਐਮਰਜੈਂਸੀ ਪੈ ਗਈ ਆ ਜਾਂ ਪਿੰਡ ਦੇ ਵਿੱਚ ਕੋਈ ਉਵੇਂ ਦੀ ਸਿਚੁਏਸ਼ਨ ਆ ਗਈ ਆ ਕਿ ਸਾਨੂੰ ਜਿਹੜਾ ਵਾ ਇਜਲਾਸ ਬੁਲਾਉਣ ਦੀ ਜ਼ਰੂਰਤ ਪੈ ਗਈ ਆ, ਤਾਂ ਇਹ ਨਹੀਂ ਆ ਕਿ ਅਸੀਂ ਤੀਜੇ ਜਾਂ ਚੌਥੇ ਇਜਲਾਸ ਦੀ ਵੇਟ ਕਰਨੀ ਆ ਕਿ ਹੁਣ ਜੀ 2 ਅਕਤੂਬਰ ਆਏਗੀ ਅਤੇ ਅਸੀਂ ਇਜਲਾਸ ਕਰਨਾ ਹੈ, ਜਾਂ ਹਾੜੀ ਦਾ ਇਜਲਾਸ ਜੂਨ ਮਹੀਨੇ ਦਾ ਇਜਲਾਸ ਆਏਗਾ ਜਾਂ ਹੈਨਾ ਜੀ, ਉਹ ਅਸੀਂ ਸਪੈਸ਼ਲ ਇਜਲਾਸ ਵੀ ਕਰ ਸਕਦੇ ਹਾਂ। ਦੇਖੋ ਮੈਡਮ, ਜਿੱਥੇ ਤੁਸੀਂ ਇਜਲਾਸ ਦੀ ਗੱਲ ਕੀਤੀ ਆ ਉੱਥੇ ਮੈਂ ਇੱਕ ਭਾਰਤ ਸਰਕਾਰ ਜਿਹੜੀਆਂ ਪੰਜਾਬ ਸਰਕਾਰ ਆ ਉਹਦਾ ਪੰਚਾਇਤੀ ਰਾਜ ਐਕਟ 1994 ਦੀ ਧਾਰਾ 16 ਦੀ 1 ਦੇ ਅਨੁਸਾਰ ਅਤੇ ਪੰਜਾਬ ਗ੍ਰਾਮ ਪੰਚਾਇਤ ਦਾ ਨਿਯਮ ਜਿਹੜਾ 2012 ਵਿੱਚ ਪੰਚਾਇਤ ਦੀਆਂ ਸਰਪੰਚਾਂ ਦੀਆਂ ਕੁਛ ਜ਼ਿੰਮੇਵਾਰੀਆਂ ਜਿਹੜੀਆਂ ਆ ਉਹ ਸੂਚੀਬੱਧ ਕੀਤੀਆਂ ਗਈਆਂ ਕਿ ਉਹਨਾਂ ਨੇ ਕਿਹੜੇ ਕਿਹੜੇ ਕੰਮ ਕਰਨੇ ਆ। ਸੋ ਮੈਡਮ ਦਵਿੰਦਰਜੀਤ ਕੌਰ ਜੀ, ਕਿਹੜੇ ਕਿਹੜੇ ਜਿਹੜੀ ਪੰਚਾਇਤ ਆ ਉਹ ਕਿਹੜੇ ਕਿਹੜੇ ਕੰਮ ਕਰ ਸਕਦੀ? ਪੰਚਾਇਤ ਜਿਹੜੀ ਆ ਉਹ ਪਿੰਡ ਦਾ ਵਿਕਾਸ ਕਰੂਗੀ ਜੀ ਜੀ, ਮਤਲਬ ਪਿੰਡ ਵਿੱਚ ਕੋਈ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਆ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਉਹ ਨਿਭਾਊਗੀ। ਇਜਲਾਸ ਵੀ ਬੁਲਾਉਂਦੀ ਹੈ ਪੰਚਾਇਤ ਦੀ? ਹਾਂਜੀ, ਪੰਚਾਇਤ ਦੀਆਂ ਆਪਣੀਆਂ ਮੀਟਿੰਗਾਂ ਹੁੰਦੀਆਂ, ਇਜਲਾਸ ਵੀ ਬੁਲਾਉਂਦੀ ਹੈ। ਜਿਹੜੇ 4 ਇਜਲਾਸ ਮੈਡਮ ਹੋਣਾਂ ਨੇ ਦੱਸਿਆ ਉਹ ਇਜਲਾਸ ਬੁਲਾਉਣ ਵਿੱਚ ਵੀ ਪੰਚਾਇਤ ਜ਼ਿੰਮੇਵਾਰ ਹੁੰਦੀ, ਸਰਪੰਚ ਜ਼ਿੰਮੇਵਾਰ ਹੁੰਦਾ ਹੈ, ਤੇ ਜਿਹੜੀਆਂ ਪੰਚਾਇਤ ਦੀਆਂ ਆਪਣੀਆਂ ਵੀ ਕੁਛ ਮੀਟਿੰਗਾਂ ਆਪਣੀਆਂ ਕਿੰਨੀਆਂ ਉਹਨਾਂ ਦੀਆਂ ਮੀਟਿੰਗਸ ਜਿਹੜੀਆਂ ਪੰਚਾਇਤ ਦੀਆਂ ਨੇ, ਇਜਲਾਸ ਤੇ 4 ਵੱਖਰੇ ਹੋ ਗਏ ਨਾ। ਸੋ ਮੈਂ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਆ ਕਿ ਜਿਹੜੇ ਪੰਚਾਇਤ ਦੇ ਆਪਣੇ ਜਿਹੜੇ ਆ 4 ਇਜਲਾਸ ਜਿਹੜੇ ਹੁੰਦੇ ਆ, ਜਿਨ੍ਹਾਂ ਦੇ 'ਚ ਮੈਡਮ ਮਨਦੀਪ ਜੀ ਹੋਣਾਂ ਨੇ ਦੱਸਿਆ ਸੀਗਾ, ਇੱਕ ਸੋਮੀ ਦਾ ਇਜਲਾਸ ਹੁੰਦਾ, ਇੱਕ ਹਾੜੀ ਦਾ ਹੁੰਦਾ ਆ, ਅਤੇ ਨਾਲ ਇੱਕ 26 ਜਨਵਰੀ ਦਾ ਸਪੈਸ਼ਲ ਅਤੇ ਇੱਕ 2 ਅਕਤੂਬਰ ਦਾ ਸਪੈਸ਼ਲ ਇਜਲਾਸ ਜਿਹੜਾ ਉਹ ਕੀਤਾ ਜਾਂਦਾ। ਇਹਨਾਂ ਤੋਂ ਇਲਾਵਾ ਮੈਡਮ ਦਵਿੰਦਰਜੀਤ ਕੌਰ ਹੋਣਾਂ ਨੇ ਇਹ ਵੀ ਗੱਲ ਦੱਸੀ ਆ ਕਿ ਜਿੱਥੇ ਪੰਚਾਇਤ ਨੇ ਪਿੰਡ ਦੇ ਵਿਕਾਸ ਵਾਸਤੇ ਅੱਗੇ ਆਉਣਾ ਆ, ਨਾਲ ਉਹਨੇ ਆਪਣੀਆਂ ਜਿਹੜੀਆਂ ਸਾਲਾਨਾ ਸਾਲ ਦੇ ਹਰ ਮਹੀਨੇ ਦੇ ਮਹੀਨੇ ਬੈਠਕਾਂ ਜਿਹੜੀਆਂ ਬੁਲਾਈ, ਉਹ ਕਿੰਨੀਆਂ ਬੈਠਕਾਂ ਮਹੀਨੇ ਦੀ ਇੱਕ ਬੈਠਕ ਹੁੰਦੀ ਹੈ ਜਾਂ ਵੱਧ ਬੁਲਾਈਆਂ ਜਾ ਸਕਦੀਆਂ? 12 ਹੁੰਦੀਆਂ ਜੀ ਸਾਲ ਵਿੱਚ, 12 ਮਹੀਨੇ ਦੀ ਮਹੀਨੇ ਦੀ ਇੱਕ ਬੈਠਕ ਵੀ ਜਿਹੜੀ ਆ ਇਹਨਾਂ ਨੇ ਦੱਸੀ ਆ ਕਿ ਉਹ ਬੁਲਾਈਆਂ। ਕਿ ਸਾਨੂੰ ਤਾਂ ਮੈਡਮ ਇਸ ਤਰ੍ਹਾਂ ਲੱਗ ਰਿਹਾ ਆ ਕਿ ਜਿਸ ਤਰ੍ਹਾਂ ਇਹ ਬੈਠਕਾਂ ਬੁਲਾਈਆਂ ਨਹੀਂ ਜਾਂਦੀਆਂ, ਇਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਹੋ ਜਾਂਦੀਆਂ, ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਕਿ ਪਬਲਿਕ ਦਾ ਜਿਹੜੀ ਜਿਹੜੇ ਵੋਟਰ ਆ ਵੋਟਰਾਂ ਦੀ ਵਿੱਚ ਸ਼ਮੂਲੀਅਤ ਨਹੀਂ ਕਰਾਈ ਜਾ ਰਹੀ? ਹਾਂਜੀ ਮੈਡਮ, ਹਾਂਜੀ ਮੈਂ ਦੱਸਦੀ ਹਾਂ ਜੀ। ਦੇਖੋ ਜੀ, ਇਹ ਜਿਹੜੀ ਹੁੰਦੇ ਨਾ ਆਪਾਂ ਇਜਲਾਸ ਤੇ ਉਹ ਪੰਚਾਇਤ ਦੀਆਂ ਮੀਟਿੰਗਾਂ, ਇੱਕ ਵੱਖਰੇ ਵੱਖਰੇ 2 ਚੀਜ਼ਾਂ ਵਾ। ਇੱਕ ਜੀ ਪਿੰਡ ਦੇ ਵਿੱਚ 2 ਢਾਂਚੇ ਹੁੰਦੇ, ਇੱਕ ਹੁੰਦੇ ਜੀ ਗ੍ਰਾਮ ਸਭਾ ਤੇ ਇੱਕ ਹੁੰਦੀ ਗ੍ਰਾਮ ਪੰਚਾਇਤ। ਗ੍ਰਾਮ ਸਭਾ ਹੁੰਦੀ ਜਿਹੜੇ ਪਿੰਡ ਦੇ ਆਮ ਲੋਕਾਂ ਦਾ ਇਕੱਠ ਹੁੰਦਾ ਵਾ, ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਦਰਜ, ਉਹਨਾਂ ਸਾਰਿਆਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਜੀ ਗ੍ਰਾਮ ਸਭਾ। ਤੇ ਗ੍ਰਾਮ ਪੰਚਾਇਤ ਹੁੰਦੀ ਆ ਕਿ ਗ੍ਰਾਮ ਸਭਾ ਦੁਆਰਾ ਚੁਣੇ ਗਏ ਪੰਚ ਜਾਂ ਸਰਪੰਚ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ ਗ੍ਰਾਮ ਪੰਚਾਇਤ। ਉਹ 3 ਤੋਂ ਲੈ ਕੇ 15 ਤੱਕ ਹੁੰਦੀ ਆ, ਠੀਕ ਆ ਜੀ, ਪਿੰਡ ਦੀ ਆਬਾਦੀ ਦੇ ਹਿਸਾਬ ਦੇ ਨਾਲ। ਹੁਣ ਤੁਸੀਂ ਕਹੀ ਸੀ ਗੱਲ ਕਿ 12 ਮੀਟਿੰਗ ਸੀ ਹੈ ਨਾ, ਕਿ ਸਾਲ ਦੇ ਵਿੱਚ ਕਿੰਨੀਆਂ ਲਾਜ਼ਮੀ ਨੇ ਅਤੇ ਉਸ ਤੋਂ ਵੱਧ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ? ਦੇਖੋ ਜੀ, ਗ੍ਰਾਮ ਪੰਚਾਇਤ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨਾ, ਉਹ ਹਰ ਮਹੀਨੇ ਦੀ 1 ਮੀਟਿੰਗ ਜਿਹੜੀ ਆ ਉਹ ਲਾਜ਼ਮੀ ਆ ਜੀ। ਠੀਕ ਹੈ, ਉਹ ਮੀਟਿੰਗ ਇਹੋ ਹੀ ਮੈਂ ਪੁੱਛਣਾ ਚਾਹੁੰਦਾ ਸੀਗਾ। ਮੈਂ ਆਪਣੇ ਅਕਾਲ ਖਾਲਸਾ ਨਿਊਜ਼ ਦੇ ਮਾਧਿਅਮ ਰਾਹੀਂ ਦੂਰ ਦੁਰਾਡਿਆਂ ਦੇ ਵਿੱਚ ਬੈਠੇ ਸਾਡੇ ਪਿੰਡਾਂ ਦੇ ਨਾਲ ਸੰਬੰਧਿਤ, ਅਸੀਂ ਵੀ ਪਿੰਡਾਂ ਦੇ ਨਾਲ ਸੰਬੰਧਿਤ ਹਾਂ, ਅਸੀਂ ਇਸੇ ਗੱਲ ਦਾ ਲੋਕਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਹਾਂ ਕਿ ਜਿਹੜੀਆਂ ਇਹ ਮੀਟਿੰਗਸ ਨੇ ਇਹ ਪੰਚਾਇਤ ਵੱਲੋਂ ਆਪਣੇ ਮੈਂਬਰਾਂ ਨੂੰ ਲੈ ਕੇ ਹੀ ਇਕੱਲੀਆਂ ਬੁਲਾਈਆਂ ਜਾਣਗੀਆਂ ਕਿ ਜਾਂ ਲੋਕਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ? ਨਹੀਂ ਜੀ, ਇਹ ਸਿਰਫ ਜਿਹੜੀਆਂ 12 ਮੀਟਿੰਗਸ ਹੁੰਦੀਆਂ ਵਾ ਨਾ ਜੀ, ਇਹ ਸਿਰਫ ਪੰਚਾਇਤ ਦੇ ਆਪਣੇ ਪੰਚ ਤੇ ਸਰਪੰਚਾਂ ਦੀਆਂ ਹੀ ਹੁੰਦੀਆਂ ਵਾ, ਜਿਹਦੇ ਵਿੱਚ ਤੁਹਾਡੇ ਜਿਹੜੇ ਆ ਜਾਂ ਤੇ ਦਫ਼ਤਰ ਦੇ ਲੋਕ ਜਿਵੇਂ ਤੁਹਾਡਾ ਪੰਚਾਇਤ ਸਕੱਤਰ ਹੋ ਗਿਆ, BDPO ਹੋ ਗਏ, ਜਾਂ ਜਿਸ ਮਹਿਕਮੇ ਨਾਲ ਰਿਲੇਟਡ ਤੁਸੀਂ ਮੀਟਿੰਗ ਕਰਨੀ ਆ। ਮੰਨ ਲਓ ਜੀ, ਆਪਾਂ ਇਸ ਜੂਨ ਮਹੀਨੇ ਦੀ ਮੀਟਿੰਗ ਕਰਨੀ ਆ ਜੀ, ਜੂਨ ਮਹੀਨੇ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਬਹੁਤ ਸਮੱਸਿਆ ਹੋਈ ਜੀ, ਠੀਕ ਆ ਜੀ, ਸਾਡਾ ਵਾਟਰ ਬਾਕਸ ਜਿਹੜਾ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ,
ਠੀਕ ਆ ਜੀ, ਅਸੀਂ ਚਾਹੁੰਦੇ ਹਾਂ ਕਿ ਉਹ ਜਿਹੜਾ ਪਾਣੀ ਆ ਰਿਹਾ ਵਾ ਉਹ ਸਾਫ਼ ਨਹੀਂ ਆ, ਅਤੇ ਐਤਕੀ ਦੀ ਮੀਟਿੰਗ ਸਾਡੀ ਮੇਨ ਪਾਣੀ 'ਤੇ ਹੋਣੀ ਆ ਜੀ। ਠੀਕ ਆ ਜੀ, ਅਸੀਂ ਉਸ ਮਹਿਕਮੇ ਦਾ ਨੁਮਾਇੰਦਾ ਵੀ ਉਸ ਮੀਟਿੰਗ ਵਿੱਚ ਕਰ ਸਕਦੇ ਹਾਂ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ 12 ਮੀਟਿੰਗ ਜਿਹੜੀਆਂ ਸਾਲ ਦੀਆਂ ਜਿਹੜੀਆਂ ਆ ਉਹ ਪੰਚਾਇਤ ਦੀਆਂ, ਗ੍ਰਾਮ ਪੰਚਾਇਤ ਦੀਆਂ ਜਿਹੜੀਆਂ ਉਹ ਜ਼ਰੂਰੀ ਨੇ, ਉਸ ਤੋਂ ਬਾਅਦ ਆ ਗਈਆਂ ਗ੍ਰਾਮ ਸਭਾ ਦੀਆਂ ਮੀਟਿੰਗਾਂ। ਸੋ ਮੈਂ ਇੱਥੇ ਹੀ ਅੱਜ ਦੇ ਜਿਹੜਾ ਸਾਡਾ ਇੱਕ ਪ੍ਰੋਗਰਾਮ ਹੈ ਜਿਹੜਾ ਅਸੀਂ ਪੰਚਾਇਤਾਂ ਦੇ ਉੱਤੇ ਰੱਖਿਆ ਸੀਗਾ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਤੋਂ ਬਾਹਰ ਰਹਿੰਦੇ ਲੋਕਾਂ ਨੂੰ ਅਸੀਂ ਪੰਚਾਇਤਾਂ ਦੇ ਬਾਰੇ ਵਿੱਚ, ਉਹਨਾਂ ਦੇ ਕੰਮਾਂ ਬਾਰੇ, ਉਹਨਾਂ ਦੀਆਂ ਸ਼ਕਤੀਆਂ ਬਾਰੇ, ਗ੍ਰਾਮ ਪੰਚਾਇਤ ਬਾਰੇ, ਗ੍ਰਾਮ ਸਭਾ ਬਾਰੇ ਜਿਹੜੀ ਅਸੀਂ ਆਪਣੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਣਕਾਰੀ ਜਿਹੜੀ ਉਹ ਦੇਣਾ ਚਾਹੁੰਦੇ ਹਾਂ, ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਇਹਦੇ ਉੱਤੇ ਬਹੁਤ ਜ਼ੋਰ ਲਾਇਆ ਜਾ ਰਿਹਾ ਹੈ। 26 ਜੂਨ ਨੂੰ ਸਾਰੇ ਪੰਜਾਬ ਦੇ ਵਿੱਚ ਗ੍ਰਾਮ ਸਭਾਵਾਂ ਹੋਣੀਆਂ ਨੇ। ਤਾਂ ਅੱਜ ਦੇ ਦਿਨ ਵਾਸਤੇ ਅਸੀਂ ਜਿਹੜੀ ਗੱਲ ਜਿੱਥੋਂ ਤੱਕ ਲੈ ਕੇ ਗਏ ਹਾਂ ਕਿ ਕਿਹੜੇ ਕਿਹੜੇ ਉਹਨਾਂ ਦੇ ਕੰਮ ਹੁੰਦੇ ਆ, ਸੋ ਇੱਥੋਂ ਗੱਲ ਇਹ ਨਿਕਲ ਕੇ ਆਈ ਕਿ ਜਿਹੜਾ ਤਾਂ ਅਗਲਾ ਸਾਡਾ ਅਗਲਾ ਐਪੀਸੋਡ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਜ਼ਰੂਰ ਪੰਜਾਬ ਵਾਸੀਆਂ ਨੂੰ ਅਕਾਲ ਖਾਲਸਾ ਨਿਊਜ਼ ਚੈਨਲ ਰਾਹੀਂ ਦੇਵਾਂਗੇ ਕਿ ਗ੍ਰਾਮ ਸਭਾ ਜਿਹੜੀ ਹੁੰਦੀ ਹੈ, ਗ੍ਰਾਮ ਪੰਚਾਇਤ ਜਿਹੜੀ ਆ ਉਹਦੀਆਂ ਤਾਂ ਮਹੀਨੇ ਦੇ ਵਿੱਚ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਉਹ 12 ਮੀਟਿੰਗਸ ਹੁੰਦੀਆਂ ਨੇ, ਅਤੇ 12 ਮੀਟਿੰਗ ਜਿਹੜੀਆਂ ਉਹ ਉਹਨੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਕਰਨੀਆਂ ਨੇ। ਪਰ ਜਿਹੜੇ 4 ਇਜਲਾਸ ਕੀਤੇ ਜਾਂਦੇ ਨੇ, ਜਿਹੜਾ ਇਜਲਾਸ 26 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਹੋਣਾ ਆ, ਹੁਣ ਸਾਡਾ ਅਸੀਂ ਨੈਕਸਟ ਜਿਹੜੇ ਇਸ ਟੋਪਿਕਸ ਨੂੰ ਲੈ ਕੇ ਚੱਲਾਂਗੇ ਜਿਹਦੇ ਵਿੱਚ ਸਾਡੇ ਕੋਲ ਇਸ ਆਪਣੇ ਸਾਡੇ ਕੋਲ ਜਿਹੜੇ 2 ਸਰੋਤ ਮਾਹਿਰ ਅੱਜ ਸਾਡੇ ਕੋਲ ਪਹੁੰਚੇ ਨੇ, ਮੈਡਮ ਮਨਦੀਪ ਕੌਰ ਜੀ ਅਤੇ ਮੈਡਮ ਦਵਿੰਦਰਜੀਤ ਕੌਰ ਤੋਂ ਇਲਾਵਾ ਸਾਡੇ ਕੋਲ ਹੋਰ ਸਰੋਤ ਹੈਗੇ ਨੇ। ਅਸੀਂ ਉਹਨਾਂ ਦੇ ਨਾਲ ਅਗਲੀ ਜਿਹੜੀ ਆ ਉਹ ਮੀਟਿੰਗ ਦੇ ਵਿੱਚ ਦੱਸਾਂਗੇ ਕਿ ਗ੍ਰਾਮ ਸਭਾ ਜਿਹੜੀ ਆ, ਜਿਹੜੀਆਂ 4 ਗ੍ਰਾਮ ਸਭਾ ਜਿਹੜੀਆਂ, ਗ੍ਰਾਮ ਸਭਾ ਜਿਹੜੀ ਆ ਗ੍ਰਾਮ ਨੂੰ ਆਪਣੇ ਜਿਹੜੇ ਇਜਲਾਸ ਆ ਉਹ 4 ਇਜਲਾਸ ਕਿਸ ਤਰੀਕੇ ਨਾਲ ਬੁਲਾਏ ਜਾਂਦੇ ਆ ਅਤੇ ਉਹਦਾ ਕੀ ਮੈਥਡ ਆ ਬੁਲਾਉਣ ਦਾ ਅਤੇ ਉਹਦੇ ਕੀ ਫਾਇਦੇ ਜਿਹੜੇ ਆ ਪਿੰਡ ਦੇ ਲੋਕਾਂ ਨੂੰ ਹੋ ਸਕਦੇ ਆ। ਸੋ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੈਡਮ ਮਨਦੀਪ ਕੌਰ ਜੀ ਅਤੇ ਮੈਡਮ ਦਵਿੰਦਰਜੀਤ ਕੌਰ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਜਿਹੜਾ ਆ ਅਕਾਲ ਖਾਲਸਾ ਨਿਊਜ਼ ਨੂੰ ਦਿੱਤਾ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਫਤਿਹ ਅੱਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।